ਗੁੱਡ ਈਵਨਿੰਗ ਲੇਡੀਜ਼ ਐਂਡ ਜੈਂਟਲਮੈਨ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਆਦਾਬ ਨਮਸਕਾਰ। ਮੈਂ ਤੁਹਾਡਾ ਆਪਣਾ ਆਗਿਆਪਾਲ ਸਿੰਘ ਬਾਠ। ਇੱਕ ਵਾਰ ਫਿਰ ਦੁਨੀਆ ਦੀ ਰਾਜਧਾਨੀ ਵਾਸ਼ਿੰਗਟਨ DC ਅਮੈਰੀਕਾ ਤੋਂ ਤੁਹਾਡਾ ਆਪਣਾ ਪ੍ਰੋਗਰਾਮ ਲੈ ਕੇ DC ਨਾਈਟ ਵਿਦ ਪੌਲ ਬਾਠਦਰ ਹਾਜ਼ਰ ਹੈ। ਇਸ ਉਮੀਦ ਦੇ ਨਾਲ ਕਿ ਤੁਸੀਂ ਜਿੱਥੇ ਜਿੱਥੇ ਵੀ ਬੈਠੇ ਇਸ ਪ੍ਰੋਗਰਾਮ ਦੇ ਨਾਲ ਜੁੜੇ ਹੋ, ਪਰਮਾਤਮਾ ਅੱਲਾਹ ਤਾਲਾ ਵਾਹਿਗੁਰੂ ਦੀ ਕਿਰਪਾ ਰਹਿਮਤ ਤੁਹਾਡੇ 'ਤੇ ਲਗਾਤਾਰ ਵਰਸ ਰਹੀ ਹੈ ਔਰ ਤੁਸੀਂ ਜ਼ਿੰਦਗੀ ਦੇ ਹਰ ਪਲ ਨੂੰ ਬੜੀ ਬਾਖੂਬੀ ਦੇ ਨਾਲ ਮਾਣ ਰਹੇ ਹੋ। ਮੇਰੇ ਦਿਲ ਤੋਂ ਦੁਆਵਾਂ ਨੇ ਕਿ ਪਰਮਾਤਮਾ ਤੁਹਾਡੇ 'ਤੇ ਆਪਣੀ ਰਹਿਮਤ ਹਮੇਸ਼ਾ ਬਰਕਰਾਰ ਰੱਖੇ, ਕਿਉਂਕਿ ਸਮੇਂ ਸਮੇਂ 'ਤੇ ਤੁਸੀਂ ਆਪਣੇ ਵੱਲੋਂ ਆਪਣਾ ਪਿਆਰ ਅਤੇ ਦੁਆਵਾਂ ਮੇਰੇ ਵੱਲ ਨੂੰ ਭੇਜਦੇ ਰਹਿੰਦੇ ਹੋ। ਸੋ ਮੈਂ ਰਹਿਣੀ ਹਾਂ ਤੁਹਾਡਾ ਜੁੜਨ ਦਾ, ਤੁਹਾਡਾ ਆਪਣਾ ਪ੍ਰੋਗਰਾਮ DC ਨਾਈਟ ਵਿਦ ਪੌਲ ਬਾਠ ਹਰ ਸੈਟਰਡੇ ਸ਼ਾਮ ਨੂੰ 5 ਵਜੇ ਆਪਾਂ ਰੂਬਰੂ ਹੁੰਦੇ ਹਾਂ ਔਰ ਇਸੇ ਤਰ੍ਹਾਂ ਉਮੀਦ ਬਰਕਰਾਰ ਰਹੇਗੀ ਕਿ ਆਪਾਂ ਆਉਣ ਵਾਲੇ ਸਮੇਂ 'ਚ ਵੀ ਜੁੜੀਏ। ਅੱਜ ਦਾ ਵਿਸ਼ਾ, ਪਿਛਲੇ ਹਫ਼ਤੇ MyTV ਨੇ, ਜਿਹਦੇ ਵਿੱਚ ਮੇਰੇ ਨਾਲ MyTV ਦੇ ਸਾ ਕੁਲਦੀਪ ਸਿੰਘ ਗਿੱਲ ਡਾਇਰੈਕਟਰ ਅਤੇ ਮੈਨੇਜਿੰਗ ਡਾਇਰੈਕਟਰ ਮੋਨੀ ਗਿੱਲ, ਦੋਨੋਂ ਅਸੀਂ ਤਿੰਨਾਂ ਨੇ ਜੁੜ ਕੇ ਇੱਕ ਅਪੀਲ ਕੀਤੀ ਸੀ ਫਿਲਮ ਨਾਨਕ ਸ਼ਾਹ ਫਕੀਰ ਫਿਲਮ ਬਾਰੇ ਕਿ ਉਸ ਫਿਲਮ 'ਤੇ ਬੈਨ ਲੱਗਣਾ ਚਾਹੀਦਾ ਔਰ ਕਿਉਂ ਲੱਗਣਾ ਚਾਹੀਦਾ। ਮੈਂ ਸੋਚਦਾ ਕਿ ਅੱਜ ਜਦੋਂ ਇਹ ਇਸ ਚੀਜ਼ ਦਾ ਨਿਤਾਰਾ ਹੋ ਚੁੱਕਾ, ਇਸ ਟੌਪਿਕ ਨੂੰ ਥੋੜ੍ਹਾ ਜਿਹਾ ਅੱਗੇ ਤੋਰਨ ਦਾ ਉਪਰਾਲਾ ਵੀ ਕਰਨਾ ਚਾਹੀਦਾ ਔਰ ਸਾਡਾ ਫਰਜ਼ ਬਣਦਾ, ਕਿਉਂਕਿ ਹਰ ਔਖੀ ਘੜੀ ਜਦੋਂ ਆ ਕੇ ਗੁਜ਼ਰ ਜਾਂਦੀ ਹੈ ਤਾਂ ਉਸਨੂੰ ਭੁਲਾਉਣਾ ਨਹੀਂ ਚਾਹੀਦਾ, ਉਹ ਤੋਂ ਸਿੱਖ ਕੇ ਆਉਣ ਵਾਲੇ ਹਰ ਮਾੜੇ ਚੰਗੇ ਹਮਲੇ ਔਰ ਮਾੜੀ ਚੰਗੀ ਘੜੀ ਦੇ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ। ਨਾਨਕ ਸ਼ਾਹ ਫਕੀਰ ਫਿਲਮ, ਮੈਂ ਸੋਚਦਾ ਇੱਕ ਐਸਾ ਵਾਕਿਆ ਸਾਡੀ ਸਿੱਖ ਕੌਮ ਦੇ ਸਾਹਮਣੇ, ਇੱਕ ਐਸੀ ਘੜੀ, ਐਸਾ ਟੈਸਟ, ਐਸਾ ਚੈਲੰਜ ਆਇਆ ਜਿਹਦੇ ਦੁਆਰਾ ਕੁਝ ਕੁ ਆਪਣਿਆਂ ਨੇ ਪਰਾਇਆਂ ਦੇ ਨਾਲ ਸਾਜਿਸ਼ ਅਧੀਨ ਇਸ ਗੱਲ ਦੀ ਪਰਖਣ, ਇਸ ਗੱਲ ਨੂੰ ਪਰਖਣ ਦੀ ਕੋਸ਼ਿਸ਼ ਕੀਤੀ ਹੈ ਕਿ ਅੱਜ ਦੇ ਮੌਜੂਦਾ ਸਮੇਂ ਦੇ ਵਿੱਚ ਸਿੱਖ ਪੰਥ ਦੇ ਅੰਦਰ ਸਿੱਖੀ ਸਿਧਾਂਤ, ਮੀਰੀ ਪੀਰੀ ਦਾ ਸਿਧਾਂਤ ਕਿਸ ਜਜ਼ਬੇ, ਕਿਸ ਹੱਦ ਤੱਕ ਮੌਜੂਦ ਹੈ, ਤਾਂ ਜੋ ਉਸ ਹੱਦ ਨੂੰ, ਉਸ ਡਿਗਰੀ ਨੂੰ ਜਾਣ ਕੇ ਉਹ ਆਪਣੇ ਮਾੜੇ ਮਨਸੂਬਿਆਂ ਨੂੰ ਅਗਲੀ ਰੇਖਾ ਦੇ ਸਕਣ। ਮੈਂ ਗੱਲ ਫਿਰ ਰਿਪੀਟ ਕਰਦਾ ਕਿ ਕੁਝ ਕੁ ਆਪਣਿਆਂ ਨੇ ਪਰਾਇਆਂ ਦੇ ਨਾਲ ਰਲ ਕੇ ਇਹ ਸਾਜਿਸ਼ ਘੜੀ ਹੈ, ਬਹੁਤ ਸੰਸੀਅਰ, ਬੜੇ ਹੀ ਸੀਰੀਅਸ ਜਿਹੜੇ ਮੈਂ ਬਿਆਨ ਦੇ ਰਿਹਾ। ਲੇਕਿਨ ਐਜ਼ ਵੀ ਗੋ ਫਰਦਰ, ਆਪਾਂ ਇਸ ਵਿਸ਼ੇ 'ਤੇ ਇਸ ਪਹਿਲੂ ਤੋਂ ਨਿਗਾਹ ਮਾਰਾਂਗੇ ਕਿ ਤੁਸੀਂ ਮੇਰੇ ਇਹਨਾਂ ਵਿਚਾਰਾਂ ਨਾਲ ਕਿਸੇ ਹੱਦ ਤੱਕ ਸਹਿਮਤ ਜ਼ਰੂਰ ਹੋਵੋਗੇ। ਲੇਕਿਨ ਖੁਸ਼ੀ ਦੀ ਗੱਲ ਇਹ ਹੈ ਕਿ ਇਸ ਔਖੀ ਘੜੀ ਦੇ ਵਿੱਚ ਸਿੱਖ ਪੰਥ ਨੇ ਇੱਕਮਿਕ ਹੋ ਕੇ, ਇੱਕਜੁੱਟ ਹੋ ਕੇ, ਯੂਨਿਟੀ ਦਾ ਪ੍ਰਤੀਕ ਦੇ ਕੇ ਜਿੱਥੇ ਇਸ ਔਖੀ ਘੜੀ ਦੇ ਵਿੱਚ ਸਫਲਤਾ ਨੂੰ ਛੂਹਿਆ, ਸਫਲਤਾ ਨੂੰ ਹਾਸਲ ਕੀਤਾ, ਯੂਨਿਟੀ ਦਾ ਪ੍ਰਤੀਕ ਦਿਖਾਇਆ, ਮੈਂ ਸਮਝਦਾ ਕਿ ਦ ਸਪਿਰਿਟ ਆਫ ਸਿੱਖੀਜ਼ਮ ਇਜ਼ ਵੈਲ ਐਂਡ ਲਾਈਵ ਟੂਡੇ ਅਪਾਰਟ ਫਰੋਮ ਨਿਊਮਰਸ ਅਟੈਕਸ ਫਰੋਮ ਆਲ ਸਾਈਡਸ ਆਲ ਪਾਰਟਸ। ਯੂਨਿਟੀ ਸਿਰਫ ਸਿੱਖਾਂ ਨੇ ਨਹੀਂ ਦਿਖਾਈ, ਸਿੱਖ ਭਾਈਚਾਰੇ ਨਾਲ ਦੂਸਰੇ ਧਰਮ ਦੇ ਲੋਕ ਵੀ ਆ ਕੇ ਖੜ੍ਹੇ ਨੇ, ਜੋ ਇਨਸਾਨੀਅਤ ਪ੍ਰਤੀ ਹਮਦਰਦੀ ਰੱਖਦੇ ਨੇ, ਪਰਮਾਤਮਾ ਦਾ, ਜਿਨ੍ਹਾਂ ਦੇ ਦਿਲਾਂ ਦੇ ਅੰਦਰ ਡਰ ਹੈ, ਪਰਮਾਤਮਾ ਪ੍ਰਤੀ ਪਿਆਰ ਹੈ, ਉਹਨਾਂ ਦਾ ਵੀ ਮੈਂ ਰਿਣੀ ਹੈ, ਪੰਥ ਦਾ ਰਿਣੀ, ਤਾਂ ਹੁਣ ਮੇਰਾ ਫਰਜ਼ ਬਣਦਾ ਕਿ ਉਹਨਾਂ ਨੇ ਬੜੇ ਹੀ ਜਜ਼ਬੇ ਔਰ ਲੈ ਕੇ ਦੇ ਨਾਲ ਇਸ ਔਖੀ ਘੜੀ ਦੇ ਵਿੱਚ ਸਫਲਤਾ ਨੂੰ ਹਾਸਲ ਕੀਤਾ। ਸੋ ਵਧਾਈ ਦੇ ਪਾਤਰੋਂ। ਲੇਕਿਨ ਇਹ ਘੜੀ ਟਲਣ ਦੇ ਨਾਲ, ਇਹ ਔਖਾ ਪਲ ਟਲਣ ਦੇ ਨਾਲ ਆਪਾਂ ਅਵੇਸਲੇ ਨਾ ਹੋ ਜਾਈਏ, ਕਿਉਂਕਿ ਐਸੇ ਚੈਲੰਜਸ ਸਾਡੇ ਕੋਲ ਪਹਿਲਾਂ ਵੀ ਆਏ ਨੇ ਔਰ ਬਸ਼ਰਤ ਆਉਂਦੇ ਰਹਿਣਗੇ। ਦੁਸ਼ਮਣ ਨੇ ਚਾਲਾਂ ਚੱਲਣੀਆਂ ਨੇ, ਚੱਲਦੇ ਆਏ ਨੇ, ਚਾਹੇ ਅਸੀਂ ਉਹਨੂੰ ਅੱਖੋਂ ਪਰੋਖੇ ਕਰ ਦਈਏ, ਲੇਕਿਨ ਹਕੀਕਤ ਹਕੀਕਤ ਹੈ। ਗੱਲ ਨੂੰ ਅੱਗੇ ਤੋਰਦਾ ਤਾਂ ਜੋ ਲੰਮੀ ਨਾ ਹੋਵੇ ਜੀ। ਹਰਿੰਦਰ ਸਿੱਕੇ ਨੇ, ਮੈਨੂੰ ਅਫਸੋਸ ਆ ਮੈਂ ਸਿੰਘ ਨਹੀਂ ਲਾ ਸਕਦਾ ਨਾਲ, ਅਗਰ ਉਹ ਸਿੰਘ ਲਫਜ਼ ਦੀ ਉਹਨਾਂ ਨੂੰ ਵੈਲਿਊ ਦਾ ਪਤਾ ਹੁੰਦਾ ਤਾਂ ਸਿੱਖ ਪੰਥ ਨੂੰ ਇਹ ਸੌਖੀ ਘੜੀ ਦੇ ਵਿੱਚ ਉਹ ਨਾ ਘਸੀਟਦੇ। ਸੋ ਹਰਿੰਦਰ ਸਿੱਕੇ ਨੇ ਇਹ ਮੂਵੀ ਬਣਾਈ, ਇੱਕ ਸਿੱਖ ਪਹਿਰਾਵੇ ਦੇ ਵਿੱਚ ਹੁੰਦਿਆਂ ਹੋਇਆ। ਇਸ ਗੱਲ ਤੋਂ ਉਹਨਾਂ ਨੂੰ ਜਾਣੂ ਹੋਣਾ ਚਾਹੀਦਾ ਸੀ ਕਿ ਸਿੱਖ ਸਿਧਾਂਤ ਇਸ ਪ੍ਰਤੀ ਕੀ ਕਹਿੰਦੇ ਨੇ,
2003 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਇੱਕ ਲਾਅ ਪਾਸ ਕਰਤਾ ਸੀ, ਆਰਡੀਨੈਂਸ ਪਾਸ ਕਰਤਾ ਸੀ ਆਰਡੀਨੈਂਸ, ਕਿ ਜਿੰਨੇ ਵੀ ਸਾਡੇ ਗੁਰੂ ਸਾਹਿਬਾਨ ਨੇ ਜਾਂ ਉਹਨਾਂ ਦੇ ਸਾਡੇ ਪਰਿਵਾਰਕ ਮੈਂਬਰ ਨੇ, ਉਹਨਾਂ ਦੀ ਥਾਂ ਐਕਟਿੰਗ ਕੋਈ ਵੀ ਸਰੀਰਕ ਰੂਪ ਦੇ ਵਿੱਚ ਨਹੀਂ ਕਰ ਸਕਦਾ। ਇਹ ਫੈਕਟ ਹੈ, ਇਹ ਰਿਟਨ ਹੈ। ਅਗਰ ਇੰਨੀ ਗੱਲ 2003 ਦੇ ਵਿੱਚ ਹੋ ਚੁੱਕੀ ਹੈ ਤਾਂ ਬੜੀ ਹੈਰਾਨੀ ਦੀ ਗੱਲ ਹੈ ਕਿ ਇਹ 2015-16 ਤੋਂ ਇਸ਼ੂ ਲਟਕਦਾ ਆ ਰਿਹਾ, ਜਿਹਦੇ ਵਿੱਚ SGPC ਅਤੇ ਅਕਾਲ ਤਖ਼ਤ ਦੋਨੋਂ ਹੀ ਇਨਵੋਲਵ ਰਹੇ ਨੇ। ਇਸ ਫਿਲਮ ਨੂੰ ਪਹਿਲਾਂ ਹਰੀ ਝੰਡੀ ਦਿੱਤੀ ਗਈ, ਔਰ ਮੈਂ ਡੇਟਸ ਮੈਂਸ਼ਨ ਕਰਨੀਆਂ ਚਾਹੁੰਦਾ ਕਿ SGPC ਨੇ May 13, 2016 ਨੂੰ ਆਪਣੀ ਲੈਟਰ ਨੰਬਰ 21104 21104 ਲੈਟਰ ਦੇ ਵਿੱਚ, ਜੋ ਕਿ ਚੀਫ ਸੈਕਟਰੀ ਦੇ ਦੁਆਰਾ ਲੈਟਰ ਦਿੱਤੀ ਗਈ ਹੈ, ਉਹਦੇ ਵਿੱਚ ਜੋ ਕੁਛ ਉਹਨਾਂ ਨੇ ਆਖਿਆ ਇਹ ਜ਼ਰੂਰੀ ਹੈ ਕਿ ਤੁਹਾਨੂੰ ਮੈਂ ਪੜ੍ਹ ਕੇ ਸੁਣਾਵਾਂ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ SGPC ਦੀ ਸ਼ੁਰੂ ਤੋਂ ਹੀ ਇਹਨਾਂ ਦੇ ਨਾਲ ਕਿੰਨੀ ਇਨਵੋਲਵਮੈਂਟ ਰਹੀ ਹੈ ਜੀ। ਇਹ ਗੱਲ 13-5-2016 ਦੀ ਹੈ, ਜਿਵੇਂ ਪਹਿਲਾਂ ਕੀਤਾ ਲੈਟਰ ਨੰਬਰ 21104 ਇਹ ਲਿਖੀ ਗਈ ਹੈ। ਇਟਸ ਐਡਰੈਸ ਟੂ ਸਰਦਾਰ ਹਰਿੰਦਰ ਸਿੰਘ ਜੀ ਸਿੱਕਾ, ਪ੍ਰੋਡਿਊਸਰ ਗੁਰਬਾਣੀ ਮੀਡੀਆ ਪ੍ਰਾਈਵੇਟ ਲਿਮਿਟਡ, ਨਿਊ ਦਿੱਲੀ। ਟੈਂਸ਼ਨ ਨਾਨਕ ਸ਼ਾਹ ਫਕੀਰ ਜਿਹੜੀ ਮੂਵੀ ਹੈ ਉਹਦੇ ਪ੍ਰਤੀ ਹੈ। ਇਟ ਇਜ਼ ਇਨ ਕੰਟੀਨਿਊਏਸ਼ਨ ਟੂ ਲੈਟਰ ਨੰਬਰ 31422 ਡੇਟਡ 24-2016 ਨੂੰ ਵੀ ਇੱਕ ਲੈਟਰ ਲਿਖੀ ਗਈ ਸੀ ਉਹਨਾਂ ਨੂੰ। ਐਂਡ ਨਾਓ ਆਫਟਰ ਦ ਫਿਲਮ ਇਜ਼ ਸੀਨ ਬਾਏ ਦੀ ਅਪੁਆਇੰਟਡ ਕਮੇਟੀ ਆਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਵੀ ਹੈਵ ਨੋ ਓਬਲੀਗੇਸ਼ਨ ਇਨ ਗਰੰਟਿੰਗ ਯੂ ਦੀ ਪਰਮਿਸ਼ਨ ਫੋਰ ਦ ਰਿਲੀਜ਼ ਆਫ ਫਿਲਮ ਨਾਨਕ ਸ਼ਾਹ ਫਕੀਰ। ਸਾਫ਼ ਹੈ ਕਿ ਇੱਕ ਕਮੇਟੀ ਬਣਾਈ ਗਈ ਸੀ SGPC ਦੁਆਰਾ, ਉਹਨਾਂ ਨੇ ਫਿਲਮ ਦੇਖੀ ਔਰ ਫਿਲਮ ਦੇਖਣ ਤੋਂ ਬਾਅਦ ਇਜਾਜ਼ਤ ਦਿੱਤੀ। SGPC ਜੋ ਸਾਡੇ ਗੁਰਦੁਆਰਿਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਗੁਰਦੁਆਰਿਆਂ ਦੀ ਹੈੱਡ ਹੈ, ਉਹਨੇ ਉਹਨਾਂ ਨੂੰ ਇਜਾਜ਼ਤ ਦਿੱਤੀ। ਜੇ ਸਿੱਕਾ ਇਸ ਗੱਲ ਤੋਂ ਜਾਣੂ ਨਹੀਂ ਸਿੱਖ ਸਿਧਾਂਤਾਂ ਤੋਂ, ਤਾਂ ਇਹ ਤਾਂ ਉਮੀਦ ਕੀਤੀ ਜਾ ਸਕਦੀ ਹੈ ਕਿ ਸਾਡੇ SGPC ਦੇ ਹਰ ਮੈਂਬਰ ਇਹਨਾਂ ਸਾਡੇ ਸਿਧਾਂਤਾਂ ਤੋਂ ਜਾਣੂ ਹੋਣਾ ਚਾਹੀਦਾ। ਸਰਦਾਰ ਸੁਖਦੇਵ ਸਿੰਘ ਭੌਰ ਹੋਣਾ ਨੇ ਬੜੇ ਵੱਡੇ ਸੰਗੀਨ ਦੋਸ਼ ਲਾਏ ਨੇ ਕਿ ਇਹ ਫਿਲਮ ਤਕਰੀਬਨ 32 ਵੈੱਲ ਨੋਨ ਪਰਸਨੈਲਿਟੀਜ਼ ਨੇ ਦੇਖੀ, ਜਿਹਦੇ 'ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ ਹੋਣ ਦਾ ਨਾਮ ਵੀ ਹੈ। ਸੋ ਅਗਰ ਇਹਨਾਂ ਨੇ ਫਿਲਮ ਦੇਖੀ ਹੈ ਤਾਂ ਇਹਨਾਂ ਨੇ, ਬਟ ਓਬਵੀਅਸਲੀ ਇਸ ਫਿਲਮ ਨੂੰ ਰਿਲੀਜ਼ ਕਰਨ ਦੀ ਜਾਂ ਬਣਾਉਣ ਦੀ ਇਜਾਜ਼ਤ ਦਿੱਤੀ ਹੈ। ਸਵਾਲ ਇੱਥੇ ਖੜ੍ਹਾ ਹੁੰਦਾ ਕਿ ਅੱਜ ਉਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਹੀ ਸਾਡਾ ਅਕਾਲ ਤਖ਼ਤ ਸਾਹਿਬ ਇਹ ਹੁਕਮ ਜਾਰੀ ਕਰਦਾ ਕਿ ਇਹ ਫਿਲਮ 'ਤੇ ਬੈਨ ਲੱਗੇ ਔਰ ਉਹ ਹਰਿੰਦਰ ਸਿੱਕੇ ਨੂੰ ਪੰਥ ਚੋਂ ਛੇਕਦੇ ਨੇ। ਦ ਸੇਮ ਪੀਪਲ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਕਿ SGPC ਦੇ ਉੱਤੇ ਔਰ ਅਕਾਲ ਤਖ਼ਤ 'ਤੇ ਕਿਹਦਾ ਕਬਜ਼ਾ। ਮੈਨੂੰ ਪਤਾ ਤੁਹਾਡੇ 'ਚੋਂ ਬਹੁਤ ਸਾਰੇ ਗੱਲ ਕਹਿਣਗੇ ਕਿ ਮੈਂ ਇੱਕ ਪਾਰਟੀ ਦੇ ਪ੍ਰਤੀ ਇਹ ਜਿਹੜਾ ਸਾਰਾ ਕੁਛ ਲਿਆ ਕੇ ਤੁਹਾਡੇ ਸਾਹਮਣੇ ਰੱਖ ਰਿਹਾ, ਪਰ ਜਿਸ ਕੁਰਸੀ 'ਤੇ ਬੈਠਾ I have to be fair ਜਿਹੜੀ ਮੇਰੀ ਡਿਊਟੀ ਹੈ ਉਹਦੇ ਪ੍ਰਤੀ, ਜਿਹੜਾ ਮਾੜਾ ਮਾੜਾ ਚੰਗੇ ਨੂੰ ਮੈਨੂੰ ਚੰਗਾ ਕਹਿਣਾ ਪਏਗਾ। ਸੋ ਅਕਾਲੀ ਦਲ ਬਾਦਲ ਕਾਬਜ ਹੈ ਦੋਨਾਂ ਦੇ ਉੱਤੇ ਔਰ ਉਹਨਾਂ ਦਾ ਬੋਲਬਾਲ ਹੈ। ਸੋ ਅਗਰ ਇਹ ਗੱਲ ਸੱਚ ਹੈ ਜੋ ਪੌਰ ਸਾਹਿਬ ਕਹਿ ਰਹੇ ਨੇ ਤਾਂ ਮੈਂ ਇੱਕ ਸਵਾਲ ਰੱਖਦਾ ਸਾਰੇ ਪੰਥ ਦੇ ਸਾਹਮਣੇ ਕਿ ਮੂਵੀ ਬੈਨ ਹੋਣ ਤੋਂ ਬਾਅਦ ਇਹ ਜਿਹੜੇ ਇਨਸਾਨ ਇੰਨੇ ਸਮੇਂ ਦੇ ਦੌਰਾਨ ਇੰਨਾ ਕੁਛ ਕਰਦੇ ਰਹੇ ਨੇ, ਇਹਨਾਂ ਪ੍ਰਤੀ ਸਿੱਖ ਪੰਥ ਨੇ ਕੀ ਕਰਨਾ? ਕਿਉਂਕਿ ਇਹ ਦਰਸਾਉਂਦਾ ਸਾਡੇ ਗੁਰਦੁਆਰਿਆਂ ਦੇ ਹਾਲਾਤ,
ਸਾਡੇ ਅਕਾਲ ਤਖ਼ਤ ਦੇ ਹਾਲਾਤ, ਸਾਡੇ ਲੀਡਰਾਂ ਦੇ ਹਾਲਾਤ, ਸਾਡੇ ਧਰਮ ਦੇ ਹਾਲਾਤ ਅੱਜ ਅਤੇ ਆਉਣ ਵਾਲੇ ਸਮੇਂ ਕਿ ਕਿਹੜੀ ਦਿਸ਼ਾ ਦੇ ਵਿੱਚ ਅਸੀਂ ਜਾ ਰਹੇ ਹਾਂ, ਕੀ ਕਰਨਾ ਕੀ ਨਹੀਂ ਕਰਨਾ ਇਹ ਸਿੱਖ ਪੰਥ ਨੇ ਤੈਅ ਕਰਨਾ। ਲੇਕਿਨ ਮੈਂ ਇੱਕ ਸਿੱਖ ਹੋਣ ਦੇ ਨਾਤੇ, ਇੱਕ ਐਂਕਰ ਹੋਣ ਦੇ ਨਾਤੇ, ਇਹ ਮੇਰਾ ਫਰਜ਼ ਬਣਦਾ ਹੈ ਕਿ ਮੈਂ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂ। ਜੋ ਮੇਰੇ ਦਿਮਾਗ ਔਰ ਟਿੱਡ ਦੇ ਅੰਦਰ ਹੈ ਉਹ ਮੇਰੀ ਜੀਭ ਦੇ ਰਾਹੀਂ ਤੁਹਾਡੇ ਕੰਨਾਂ ਤੱਕ ਪਹੁੰਚਣਾ ਚਾਹੀਦਾ। ਇਸ ਗੱਲ ਨੂੰ ਆਪਣੇ ਵਿਚਾਰਾਂ ਨੂੰ ਮੈਂ ਅੱਗੇ ਜਾਰੀ ਰੱਖਾਂਗਾ, ਪਰ ਉਸ ਤੋਂ ਪਹਿਲਾਂ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਜੀ। ਬ੍ਰੇਕ ਤੋਂ ਬਾਅਦ ਮਿਲ ਕੇ ਇਸ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਹਮ ਬ੍ਰੋਕਰ ਆਫ ਸਕਾਈ ਰਿਐਲਿਟੀ। The reason we are so successful because client trust us. I've been doing this my whole life. My team is my wife, my office manager and my agents. We look forward to earn your business and we do speak your language. Thank you. ਸਵਾਗਤ ਹੈ ਜੀ ਤੁਹਾਡਾ ਬ੍ਰੇਕ ਤੋਂ ਬਾਅਦ ਤੁਹਾਡੇ ਆਪਣੇ ਪ੍ਰੋਗਰਾਮ ਡੀ ਸੀ ਨੈਟ ਵਿਦ ਪਾਲ ਬਾਠ, ਔਰ ਮੈਂ ਤੁਹਾਡਾ ਆਪਣਾ ਪਾਲ ਬਾਠ ਇੱਕ ਵਾਰ ਫਿਰ ਹਾਜ਼ਰ ਹੈ। ਗੱਲ ਚੱਲ ਰਹੀ ਸੀ ਫਿਲਮ ਨਾਨਕ ਸ਼ਾਹ ਫਕੀਰ ਦੀ। ਪਿਛਲੇ ਹਫ਼ਤੇ ਇਸ ਫਿਲਮ ਨੇ ਜਿਸ ਮੋੜ 'ਤੇ ਸਾਡੇ ਪੰਥ ਨੂੰ ਖੜਾ ਕੀਤਾ, ਜਿਸ ਔਖੀ ਘੜੀ ਦੇ ਵਿੱਚ ਉਹ ਪੰਥ ਨੂੰ ਗੁਜ਼ਰਨਾ ਪਿਆ, ਔਰ ਜੋ ਜੋ ਉਸ ਸਮੇਂ ਦੇ ਦੌਰਾਨ ਗੱਲਾਂ ਫੈਕਟਸ ਜਾਂ ਤਾਨੇ ਮੀਣੇ ਸਾਹਮਣੇ ਆਏ ਨੇ ਉਹ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਕਿ ਬਹੁਤ ਬਹੁਤ ਉੱਚ ਸ਼ਖਸੀਅਤਾਂ ਵੱਲ ਨੂੰ ਇਸ਼ਾਰੇ ਵੀ ਹੋਏ ਨੇ ਔਰ ਸਿੱਧੇ ਇਲਜ਼ਾਮ ਵੀ ਲੱਗੇ ਨੇ ਕਿ ਦੇ ਆਰ ਵੈਰੀ ਮੱਚ ਅਵੇਅਰ ਆਫ ਕਿ ਕੀ ਹੋ ਰਿਹਾ ਇਹ ਫਿਲਮ ਦੇ ਵਿੱਚ, ਕੀ ਕਮੀਆਂ ਨੇ। ਲੇਕਿਨ ਉਹਨਾਂ ਸਾਰੀਆਂ ਨੂੰ ਅੱਖੋਂ ਦੂਰ ਕਰਦੇ ਹੋਇਆਂ, ਅੱਖੋਂ ਪਰੋਖੇ ਕਰਦੇ ਹੋਇਆਂ ਉਹਨਾਂ ਨੇ ਫਿਲਮ ਨੂੰ ਰਿਲੀਜ਼ ਕਰਨ ਦੀ ਇੱਕ ਟਾਈਮ ਇਜਾਜ਼ਤ ਦਿੱਤੀ ਸੀ। ਮੈਂ ਕੈਂਕਰ ਹਾਂ ਜੀ, ਇੱਕ ਸਿੱਖ ਹੈ, ਤਾਂ ਜੋ ਕਿਸੇ ਨੂੰ ਇਹ ਨਾ ਮਹਿਸੂਸ ਹੋਵੇ, ਕਿਸੇ ਵਿਊਰ ਪ੍ਰਤੀ ਵਿਊਰ ਤੱਕ ਇਹ ਵਿਚਾਰ ਨਾ ਜਾਣ ਕਿ ਮੈਂ ਇਸ ਪ੍ਰੋਗਰਾਮ ਦੇ ਰਾਹੀਂ ਆਪਣੀ ਵਿਚਾਰਧਾਰਾ ਨੂੰ ਸਾਹਮਣੇ ਕਰਦਾ। ਇਸ ਲਈ ਡੀ ਸੀ ਨਾਈਟ ਵਿਦ ਪਾਲ ਬਾਠ ਦਾ ਉਪਰਾਲਾ ਕਿ ਤੁਹਾਡੇ ਰੂਬਰੂ ਕੀਤੇ ਜਾਣ ਕੀਤੀਆਂ ਜਾਣ ਉਹ ਉੱਚ ਸ਼ਖਸੀਅਤਾਂ ਜਿਹੜੇ ਇਸ ਖੇਤਰ ਦੇ ਵਿੱਚ ਮਾਹਿਰ ਨੇ ਜਾਂ ਬਹੁਤ ਡੂੰਘਾਈ ਤੱਕ ਜਾਣੂ ਨੇ, ਜਿਨ੍ਹਾਂ ਨੂੰ ਸਿੱਖ ਸਿਧਾਂਤਾਂ ਪ੍ਰਤੀ ਪੂਰੀ ਗਿਆਨ ਹੈ ਜੀ, ਜੋ ਗੁਰਬਾਣੀ ਪ੍ਰਤੀ ਬਹੁਤ ਗਿਆਨ ਰੱਖਦੇ ਨੇ ਔਰ ਇਤਿਹਾਸ ਦੇ ਮਾਹਿਰ ਨੇ। ਸੋ ਐਸੇ ਹੀ ਵਿਦਵਾਨਾਂ ਨੂੰ ਲੈ ਕੇ ਡੀ ਸੀ ਨਾਈਟ ਵਿਦ ਪਾਲ ਬਾਠ ਆਉਣ ਵਾਲੇ ਸੈਟਰਡੇ ਸ਼ਨੀਵਾਰ 1 April ਠੀਕ 5 PM ਫਿਰ ਇਸੇ ਸਮੇਂ ਇਸੇ ਪ੍ਰੋਗਰਾਮ ਦੇ ਉੱਤੇ ਇਹਨਾਂ ਸ਼ਖਸੀਅਤਾਂ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ, ਤਾਂ ਜੋ ਉਹਨਾਂ ਨੂੰ ਆਪਾਂ ਉਹਨਾਂ ਤੋਂ ਜਾਣ ਸਕੀਏ ਕਿ ਕਿਹੜੀਆਂ ਗੱਲਾਂ ਨੇ ਜਿਹਦੇ ਕਰਕੇ ਇਹ ਫਿਲਮ ਪ੍ਰਤੀ ਇੰਨਾ ਰੋਸ ਪ੍ਰਗਟ ਕੀਤਾ ਗਿਆ, ਤਾਂ ਜੋ ਹਰ ਇੱਕ ਸਿੱਖ ਜਿਹੜਾ ਇਸ ਪ੍ਰੋਗਰਾਮ ਦੇ ਰਾਹੀਂ ਸਾਡੇ ਨਾਲ ਜੁੜਦਾ ਉਹ ਇਸ ਗੱਲ ਤੋਂ ਅਵੇਅਰ ਹੋ ਸਕੇ, ਜਾਣੂ ਹੋ ਸਕੇ, ਉਸ ਨੂੰ ਹੋਰ ਗਿਆਨ ਹਾਜ਼ਰ ਸਕੇ। ਸੋ ਉਹਨਾਂ ਸ਼ਖਸੀਅਤਾਂ ਨੂੰ ਆਪਾਂ ਮਿਲਾਂਗੇ ਅਤੇ ਉਹਦੇ ਨਾਲ ਹੀ ਇੱਕ ਤੁਹਾਨੂੰ ਯਾਦ ਹੋਏਗਾ ਕਿ ਕੁਛ ਹਫ਼ਤੇ ਪਹਿਲਾਂ ਸਰਦਾਰ ਹਰਜੀਤ ਸਿੰਘ ਹੁੰਦਲ ਆਪਣੇ ਪ੍ਰੋਗਰਾਮ 'ਤੇ ਆਏ ਸੀ, ਉਹਨਾਂ ਨੇ ਇੱਕ ਲੋਕਲ ਇਸ਼ੂ ਚੱਕਿਆ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ, ਕਿ ਜਦੋਂ ਗੁਰਦੁਆਰਾ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਕਿਸੇ ਘਰ ਜਾਂ ਕਿਸੇ ਥਾਂ 'ਤੇ ਲਿਆ ਜਾਂਦਾ ਤਾਂ ਪੂਰੀ ਗੁਰਮਰਿਆਦਾ ਜਿਹੜੀ ਹੈ ਉਹਨੂੰ ਫੋਲੋ ਨਹੀਂ ਕੀਤਾ ਜਾ ਸਕਦਾ। ਆਪਾਂ ਉਸ ਚੀਜ਼ ਬਾਰੇ ਵੀ ਪੂਰੀ ਜਾਣਕਾਰੀ ਲੈਣੀ ਹੈ ਤਾਂ ਜੋ ਤੁਹਾਡੇ ਸਾਰਿਆਂ ਨਾਲ ਸਾਂਝੀ ਕੀਤੀ ਜਾ ਸਕੇ ਕਿ ਜਦੋਂ ਵੀ ਤੁਸੀਂ ਉਸ ਸਥਿਤੀ ਦੇ ਵਿੱਚ ਆਉਂਦੇ ਹੋ ਕਿ ਤੁਹਾਨੂੰ ਆਪਣੇ ਘਰ ਜਾਂ ਆਪਣੇ ਕਿਸੇ ਵੀ ਸਥਾਨ 'ਤੇ ਜਿੱਥੇ ਲਾਊਡ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾ ਕੇ ਪ੍ਰਕਾਸ਼ ਕਰਦੇ ਨੇ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਜਿਹੜਾ ਖਿਆਲ ਰੱਖਿਆ ਜਾਵੇ ਤਾਂ ਜੋ ਮਰਿਆਦਾ ਭੰਗ ਨਾ ਹੋਵੇ, ਕਿਸੇ ਦੇ ਜਜ਼ਬਾਤ ਜਿਹੜੇ ਨੇ ਉਹ ਭੰਗ ਨਾ ਹੋਣ ਜੀ। ਸੋ ਉਹ ਵੀ ਆਪਾਂ ਆਪਣੇ ਜਿਹੜੇ ਮਾਹਿਰ ਹੈ ਉਹਨਾਂ ਤੋਂ ਲੈਣਾ। ਔਰ ਮਾਈ ਟੀ ਵੀ ਨੇ ਇਹ
ਉਪਰਾਲਾ ਕਰਨ ਦਾ ਪ੍ਰਣ ਕੀਤਾ ਸੀ ਕਿ ਅਸੀਂ ਲੋਕਲ ਕਮਿਊਨਿਟੀ ਲੈ ਕੇ ਇਸ ਪ੍ਰੋਬਲਮ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਉਸ ਨੂੰ ਵੀ ਆਪਾਂ ਆਉਣ ਵਾਲੇ ਜਿਹੜਾ ਸੈਟਰਡੇ ਹੈ ਉਸ ਪ੍ਰੋਗਰਾਮ ਦੇ ਦੁਆਰਾ ਇਸ ਗੱਲ ਨੂੰ ਅਗਲੇ ਪੜਾਅ 'ਚ ਲੈ ਕੇ ਜਾਣਾ। ਤੁਹਾਡੇ ਸਹਿਯੋਗ ਦੀ ਲੋੜ ਹੈ, ਤੁਹਾਡੇ ਪਿਆਰ ਦੀ ਲੋੜ ਹੈ, ਔਰ ਤੁਹਾਡੇ ਇਨਪੁੱਟਸ ਦੀ ਵੀ ਲੋੜ ਹੈ, ਕਿਉਂਕਿ ਜਿੰਨੇ ਵਿਚਾਰ ਸਾਡੇ ਕੋਲ ਜ਼ਿਆਦਾ ਪਹੁੰਚਣਗੇ, ਜਿੰਨੇ ਸਵਾਲ ਸਾਡੇ ਕੋਲ ਜ਼ਿਆਦਾ ਪਹੁੰਚਣਗੇ, ਜਿੰਨੀਆਂ ਸ਼ੰਕਾਵਾਂ ਸਾਡੇ ਕੋਲ ਪਹੁੰਚਣਗੀਆਂ, ਅਸੀਂ ਉਹਨਾਂ ਨੂੰ ਆਪਣੇ ਐਕਸਪਰਟਸ ਅੱਗੇ ਰੱਖ ਕੇ ਹੋਰ ਡੂੰਘਾਈ ਤੱਕ ਜਿਹੜਾ ਆਪਣੀ ਜਵਾਬ ਲੈ ਸਕੀਏ, ਔਰ ਆਪਣੇ ਧਰਮ ਉਹਦੀ ਮਰਿਆਦਾ ਅਤੇ ਉਹਦੇ ਸਿਧਾਂਤਾਂ ਪ੍ਰਤੀ ਜਾਣੂ ਹੋ ਸਕੇ ਜੀ। ਸੋ ਇੱਕ ਛੋਟਾ ਜਿਹਾ ਉਪਰਾਲਾ ਸਾਡਾ, ਵੀ ਨੋਟ ਅ ਬਿਗ ਟੀ ਵੀ ਚੈਨਲ, ਬਟ ਵੀ ਆਰ ਟੀ ਵੀ ਚੈਨਲ, ਵੀ ਆਰ ਔਨ ਆਰ ਵੇ ਟੂ ਬੀ ਬਿਗ। ਅਸੀਂ ਤਰੱਕੀ ਲੈਣੀ ਹੈ ਸੱਚਾਈ ਦੇ ਆਧਾਰ 'ਤੇ, ਮਿਹਨਤ ਦੇ ਸਰਕਾ, ਕਿਸੇ ਦਾ ਪੱਖ ਪੂਰ ਕੇ ਨਹੀਂ। ਮੈਂ ਵਾਅਦਾ ਕਰਦਾ ਕਿ ਜਿੱਥੇ ਮੈਂ ਗਲਤ ਹੋਵਾਂਗਾ ਤਾਂ ਤੁਸੀਂ ਮੈਨੂੰ ਉਸ ਚੀਜ਼ ਦਾ ਅਹਿਸਾਸ ਕਰਾਓਗੇ, ਮੈਂ ਹੱਥ ਜੋੜ ਕੇ ਤੁਹਾਡੇ ਤੋਂ ਮਾਫ਼ੀ ਮੰਗ ਲਈ ਤਿਆਰ ਹੋਵਾਂਗਾ। ਇੱਕ ਸਿੱਖ ਦਾ ਫਰਜ਼ ਹੈ ਕਿ ਉਹ ਨਿਮਾ ਨਾ ਹੋ ਕੇ ਚੱਲੇ, ਔਰ ਹਰ ਗਲਤੀ ਤੋਂ ਸਿੱਖ ਕੇ ਆਪਣੇ ਨੂੰ ਇੱਕ ਬਿਹਤਰ ਵਧੀਆ ਇਨਸਾਨ ਬਣਾ ਸਕੇ। ਆਈ ਐਮ ਆਲਵੇਜ਼ ਰੈਡੀ ਐਂਡ ਵਿਲਿੰਗ ਟੂ ਲਰਨ ਐਂਡ ਅਪੋਲੋਜਾਈਜ਼ ਵੇਅਰ ਐਵਰ ਆਈ ਐਮ ਰੋਂਗ ਐਂਡ ਐਕਸਪੈਕਟ ਦ ਸੇਮ। ਆਈ ਵਿਲ ਐਂਡ ਆਈ ਪ੍ਰੋਮਿਸ ਟੂ ਬ੍ਰਿੰਗ ਆਊਟ ਕਿ ਜਿਹੜੀਆਂ ਗੱਲਾਂ ਗਲਤ ਨੇ ਉਹ ਗਲਤ ਆਉਣਗੀਆਂ, ਜਿਹੜੀਆਂ ਸੱਚ ਨੇ ਉਹ ਸੱਚ ਹੋਣਗੀਆਂ। ਰਿਸ਼ਤੇਦਾਰੀਆਂ ਦੂਰ, ਮੇਰੇ ਲਈ ਹਰ ਇੱਕ ਵਿਊਅਰ ਮੇਰਾ ਆਪਣਾ, ਮੇਰਾ ਆਪਣਾ ਹੀ ਦੂਜਾ ਰੂਪ ਹੈ, ਮੇਰੀ ਆਪਣੀ ਭੈਣ, ਮੇਰਾ ਆਪਣੀ ਮਾਤਾ, ਮੇਰਾ ਭੈਣ ਭਰਾ, ਮਾਂ ਬਾਪ ਸਾਰੇ ਤੁਸੀਂ ਹੋ। ਸੋ ਉਹਨਾਂ ਜਜ਼ਬਾਤਾਂ ਦੀ ਮੈਂ ਕਦਰ ਕਰਦਾ ਹੋਇਆ, ਜਜ਼ਬਾਤੀ ਹੁੰਦਾ, ਤੁਸੀਂ ਦੇਖਿਆ ਵੀ ਪੈਨ ਵੀ ਹੱਥੋਂ ਡਿੱਗ ਰਿਹਾ, ਕਿਉਂਕਿ ਮੈਂ ਆਪਣੇ ਸਿਧਾਂਤਾਂ ਦੇ ਔਰ ਸਿੱਖ ਧਰਮ ਦੇ ਉੱਤੇ ਪਹਿਰਾ ਦੇਣਾ ਚਾਹੁੰਦਾ। ਇਹਦੇ ਨਾਲ ਨਾਲ ਮੈਂ ਧੰਨਵਾਦੀ ਹਾਂ ਉਹਨਾਂ ਗੈਰ ਸਿੱਖ ਭੈਣ ਭਰਾਵਾਂ ਦਾ ਜਿਹੜੇ ਸਮੇਂ ਸਮੇਂ ਸਿਰ ਸਾਡਾ ਸਾਥ ਦਿੰਦੇ ਨੇ। ਉਹ ਕਹਿੰਦੇ ਨੇ ਨਾ, ਜੇ ਗੁਆਂਢੀ 'ਤੇ ਅੱਗ ਲੱਗੀ ਹੋਵੇ ਤਾਂ ਉਹਨੂੰ ਬਸੰਤਰ ਦੇਵਤਾ ਨਹੀਂ ਸਮਝਣਾ ਚਾਹੀਦਾ, ਅੱਗ ਅੱਗ ਹੀ ਹੈ, ਅੱਗੀ ਹੋ ਕੇ ਬੁਝਾਉਣ ਦਾ ਉਪਰਾਲਾ ਕਰਨਾ ਚਾਹੀਦਾ, ਕਿਉਂਕਿ ਉਹ ਘਰ, ਉਹ ਅੱਗ ਉਸ ਘਰ ਤੋਂ ਚੱਲ ਕੇ ਸਾਡੇ ਘਰ ਤੱਕ ਵੀ ਕਿਸੇ ਸਮੇਂ ਪਹੁੰਚ ਸਕਦੀ ਹੈ। ਮੇਰੇ ਲਈ ਦੋਨੋਂ ਘਰ ਇੱਕ ਬਰਾਬਰ ਨੇ, ਔਰ ਮੈਂ ਉਸ ਬਰਾਬਰਤਾ ਨੂੰ ਲੈ ਕੇ ਜ਼ਿੰਦਗੀ ਗੁਜ਼ਾਰਨ ਦਾ ਚਾਹਵਾਨ ਇਸ ਚੁੱਕਿਆ ਇਸ ਵਾਅਦੇ ਦੇ ਨਾਲ ਕਿ ਮੈਂ ਵਧੀਆ ਤੋਂ ਵਧੀਆ ਯੋਗਦਾਨ ਐਕਸਪਰਟਸ ਲੈ ਕੇ ਤੁਹਾਡੇ ਦਰਾਂ ਜ਼ਰੂਰ ਮੰਗਾਂ ਜੀ 21 ਤਰੀਕ ਨੂੰ। ਸੋ ਅੱਜ ਇੰਨਾ ਕਿਹਾ ਸੁਣਿਆ ਦੀ ਮਾਫ਼ੀ ਚਾਹੁੰਦਾ। ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਰੱਬ ਰਾਖਾ, ਮਿਲਦੇ ਹਾਂ ਜੀ ਅਗਲੀ ਵਾਰ ਤੁਹਾਡੇ ਆਪਣੇ ਪ੍ਰੋਗਰਾਮ 'ਤੇ।